ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਈ, ਪੁੱਛੋ ਬਿਦਰ ਦਾਸੀ ਸੁੱਤੈ, ਕਿਸਨ ਉਤਰਿਆ ਘਰ ਜਿਸ ਜਾਏ। ਭਗਤ ਬਿਦਰ ਜੀ ਦੇ ਜਨਮ ਦੀ ਕਥਾ ਇਸ ਤਰ੍ਹਾਂ ਹੈ। ਬਿਦਰ ਜਨਮ ਕਰਕੇ ਦੁਰਯੋਧਨ ਦਾ ਚਾਚਾ ਲੱਗਦਾ ਸੀ। ਧ੍ਰਿਤਰਾਸ਼ਟਰ, ਪਾਂਡੂ, ਬਿਦਰ ਤਿੰਨੇ ਭਾਈ ਵਿਆਸ ਦੇ ਪੁੱਤਰ ਸਨ। ਉਹਨਾਂ ਦੇ ਜਨਮ ਦੀ ਕਥਾ ਇਉਂ ਮਹਾਂਭਾਰਤ ਵਿੱਚ ਆਉਂਦੀ ਹੈ। ਰਾਣੀ ਸਤਿਆਵੰਤੀ ਦੇ ਤਿੰਨ ਪੁੱਤਰ ਸਨ, ਵਿਆਸ, ਚਿਤਰਾਗਦ ਤੇ ਵਿਚਿੱਤਰ ਵੀਰ। ਵਿਆਸ ਦਾ ਚਿਹਰਾ ਦੇਖਣ ਨੂੰ ਸੁੰਦਰ ਨਹੀਂ ਸੀ, ਪਰ ਦੂਜੇ ਦੋਵੇਂ ਪੁੱਤਰ ਵਿਆਹੇ ਸਨ। ਉਹਨਾਂ ਦੀਆਂ ਸੁੰਦਰ ਇਸਤਰੀਆਂ ਸਨ, ਪਰ ਪ੍ਰਭੂ ਦੀ ਰਜਾ ਕਿ ਉਹ ਦੋਵੇਂ ਇਕੱਠੇ ਹੀ ਮਰ ਗਏ। ਉਹਨਾਂ ਦੀਆਂ ਰਾਣੀਆਂ ਅੰਬਾ ਤੇ ਅੰਬਿਕਾ ਵਿਧਵਾ ਹੋ ਗਈਆਂ। ਉਹ ਰੂਪਵਤੀਆਂ ਤੇ ਜਵਾਨ ਸਨ, ਪਰ ਸੰਤਾਨ ਤੋਂ ਹੀਣੀਆਂ ਸਨ। ਹੁਣ ਰਾਜ ਤਖਤ ਵਾਸਤੇ ਸੰਤਾਨ ਚਾਹੀਦੀ ਸੀ। ਇੱਕ ਦਿਨ ਰਾਣੀ ਸਤਿਆਵੰਤੀ ਨੇ ਆਪਣੀਆਂ ਦੋਹਾਂ ਨੂੰਹਾਂ ਨੂੰ ਬਿਠਾ ਕੇ ਸਮਝਾਇਆ ਕਿ ਉਹ ਉਸ ਦੇ ਵੱਡੇ ਪੁੱਤਰ ਵਿਆਸ ਕੋਲੋਂ ਪੁੱਤਰ ਪ੍ਰਾਪਤ ਕਰ ਲੈਣ। ਵਿਆਸ ਕਿਉਂਕਿ ਉਮਰ ਵਿੱਚ ਵੱਡਾ ਅਤੇ ਕੋਈ ਸ਼ਕਲ ਸੂਰਤ ਦਾ ਮਾੜਾ ਸੀ, ਇਸ ਲਈ ਦੋਵੇਂ ਹੀ ਉਸ ਕੋਲੋਂ ਪੁੱਤਰ ਪ੍ਰਾਪਤ ਕਰਨਾ ਨਹੀਂ ਚਾਹੁੰਦੀਆਂ ਸਨ। ਪਰ ਸਤਿਆਵੰਤੀ ਦੇ ਮਜਬੂਰ ਕਰਨ 'ਤੇ ਉਹਨਾਂ ਨੇ ਇੱਕ ਪੁੱਤਰ ਪ੍ਰਾਪਤ ਕੀਤਾ। ਅੰਬਾ ਦਾ ਪੁੱਤਰ ਧ੍ਰਿਤਰਾਸ਼ਟਰ ਸੀ, ਜਿਹੜਾ ਜਨਮ ਤੋਂ ਅੰਨਾ ਸੀ, ਅਤੇ ਅੰਬਿਕਾ ਤੋਂ ਪਾਂਡੂ ਦਾ ਜਨਮ ਹੋਇਆ। ਰਾਣੀ ਅੰਬਿਕਾ ਵਿਆਸ ਦੀ ਸ਼ਕਲ ਸੂਰਤ ਤੋਂ ਘਿਰਣਾ ਕਰਦੀ ਸੀ। ਜਦ ਉਸਨੂੰ ਹੋਰ ਪੁੱਤਰ ਪ੍ਰਾਪਤ ਕਰਨ ਲਈ ਉਸਦੀ ਸੱਸ ਸਤਿਆਵੰਤੀ ਨੇ ਮਜਬੂਰ ਕੀਤਾ, ਤਾਂ ਉਸਨੇ ਆਪ ਵਿਆਸ ਦੇ ਕੋਲ ਜਾਣ ਦੀ ਥਾਂ ਬੜੀ ਹੁਸ਼ਿਆਰੀ ਨਾਲ ਇੱਕ ਦਾਸੀ ਨੂੰ ਭੇਜ ਦਿੱਤਾ। ਉਸ ਦਾਸੀ ਦੇ ਪੇਟ ਤੋਂ ਜਿਸ ਬੱਚੇ ਨੇ ਜਨਮ ਲਿਆ ਉਸ ਦਾ ਨਾਂ ਬਿਦਰ ਰੱਖਿਆ ਗਿਆ। ਦਾਸੀ ਦਾ ਪੁੱਤਰ ਹੋਣ ਕਰਕੇ ਬਿਦਰ ਦਾ ਸਤਿਕਾਰ ਘੱਟ ਹੁੰਦਾ ਸੀ। ਪਾਂਡੂ ਵੱਡਾ ਰਾਜ ਪੁੱਤਰ ਹੋਣ ਕਰਕੇ ਰਾਜਾ ਬਣਿਆ, ਪਰ ਤੀਰਥਾਂ ਦੀ ਯਾਤਰਾ ਕਰਨ ਗਿਆ ਪਾਂਡੂ ਮਰ ਗਿਆ। ਉਸ ਦੀ ਮੌਤ ਦੇ ਪਿੱਛੋਂ ਜੋ ਰਾਜ ਬਿਦਰ ਨੂੰ ਮਿਲਣਾ ਚਾਹੀਦਾ ਸੀ ਉਹ ਨਾ ਮਿਲਿਆ, ਕਿਉਂਕਿ ਬਿਦਰ ਦਾਸੀ ਦਾ ਪੁੱਤਰ ਸੀ। ਰਾਜ ਤਖਤ ਦਾ ਅਧਿਕਾਰੀ ਧ੍ਰਿਤਰਾਸ਼ਟਰ ਬਣਿਆ। ਇਸ ਤਰ੍ਹਾਂ ਬਿਦਰ ਸ਼ਹਿਰ ਤੋਂ ਬਾਹਰ ਆਪਣੀ ਪਤਨੀ ਦੇ ਨਾਲ ਇੱਕ ਕੱਖਾਂ ਦੇ ਮੈਦਾਨ ਵਿੱਚ ਰਹਿੰਦਾ ਸੀ। ਰਾਜ ਵੱਲੋਂ ਉਸ ਨੂੰ ਇਤਨੀ ਘਿਰਣਾ ਹੋ ਗਈ ਕਿ ਉਹ ਰਾਜ ਖਜ਼ਾਨੇ ਵਿੱਚੋਂ ਕੋਈ ਪੈਸਾ ਨਹੀਂ ਸੀ ਲੈਂਦਾ, ਆਪਣੀ ਕਿਰਤ ਕਰਕੇ ਗੁਜ਼ਾਰਾ ਕਰਦਾ ਅਤੇ ਧਰਤੀ 'ਤੇ ਸੌਂ ਰਹਿੰਦਾ ਸੀ। ਉਸ ਦਾ ਮਨ ਪ੍ਰਭੂ ਭਗਤੀ ਵੱਲ ਲੱਗਾ, ਜਿਸ ਕਾਰਨ ਭਗਵਾਨ ਕ੍ਰਿਸ਼ਨ ਜੀ ਉਸ ਦੀ ਝੁੱਗੀ ਵਿੱਚ ਜਾ ਕੇ ਰਾਤ ਰਹੇ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਦੁਰਯੋਧਨ ਨੂੰ ਜਦੋਂ ਪਤਾ ਲੱਗਾ ਕਿ ਯਾਦਵ ਕੁੱਲ ਮਥੁਰਾ ਦਾ ਰਾਜਾ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਮਹਿਲਾਂ ਵਿੱਚ ਰਾਤ ਰਹਿਣ ਦੀ ਥਾਂ ਉਹਨਾਂ ਦੇ ਚਾਚੇ ਦਾਸੀ ਪੁੱਤਰ ਬਿਦਰ ਦੇ ਘਰ ਰਿਹਾ ਹੈ ਅਤੇ ਚੰਗੇ ਪਦਾਰਥ ਖਾਣ ਦੀ ਥਾਂ ਸਾਗ ਖਾਧਾ ਹੈ, ਤਾਂ ਜਦੋਂ ਕ੍ਰਿਸ਼ਨ ਜੀ ਦੁਰਯੋਧਨ ਦੇ ਕੋਲ ਪੁੱਜੇ ਤਾਂ ਉਹਨੇ ਆਖਿਆ, ਹੇ ਕ੍ਰਿਸ਼ਨ, ਸਾਡੇ ਘਰ ਰਾਜ ਭਵਨ ਵਿੱਚ ਰਹਿਣ ਦੀ ਥਾਂ ਇੱਕ ਗੋਲੇ ਸੇਵਕ ਦੀ ਝੁੱਗੀ ਵਿੱਚ ਕਿਉਂ ਜਾ ਕੇ ਰਹੇ? ਜੇ ਮੇਰੇ ਕੋਲ ਨਹੀਂ ਸੀ ਰਹਿਣਾ ਤਾਂ ਮੇਰੀ ਸਭਾ ਦੇ ਸ਼ਿੰਗਾਰ ਉੱਤਮ ਪੁਰਸ਼ ਭੀਸ਼ਮ, ਦਰੋਣਾਚਾਰੀਆ, ਕਰਨ ਆਦਿਕ ਸਨ, ਉਹਨਾਂ ਦੇ ਰਾਜ ਭਵਨਾਂ ਵਿੱਚ ਜਾ ਕੇ ਰਹਿਣਾ ਸੀ। ਸਾਨੂੰ ਇਸ ਗੱਲ ਦੀ ਬੜੀ ਤੁਕ ਤੁਕੀ ਲੱਗੀ ਕਿ ਤੁਸੀਂ ਇੱਕ ਦਾਸੀ ਦੇ ਪੁੱਤਰ ਦੀ ਝੁੱਗੀ ਵਿੱਚ ਜਾ ਕੇ ਰਾਤ ਕਿਉਂ ਕੱਟੀ? ਅਸਾਂ ਨਾਲ ਕੀ ਵੈਰ ਵਿਰੋਧ ਪੈਦਾ ਹੋਇਆ? ਦੁਰਯੋਧਨ ਦੀ ਇਹ ਗੱਲ ਸੁਣ ਕੇ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਹੱਸ ਪਏ ਅਤੇ ਉਹਦੇ ਵੱਲ ਦੇਖਦੇ ਹੋਏ ਆਖਣ ਲੱਗੇ, ਹੇ ਦੁਰਯੋਧਨ, ਬਿਦਰ ਦੀ ਝੁੱਗੀ ਪਵਿੱਤਰ ਹੈ, ਬਿਦਰ ਰਾਜਿਆਂ ਦਾ ਰਾਜਾ ਹੈ, ਕਿਉਂਕਿ ਉਸਦੀ ਆਤਮਾ ਪ੍ਰੇਮਾ ਭਗਤੀ ਵਿੱਚ ਡੁੱਬੀ ਹੈ, ਭਗਵਾਨ ਪ੍ਰੇਮ ਦੇਖਦਾ ਹੈ। ਪਰ ਦੂਸਰੇ ਪਾਸੇ ਤੁਸਾਂ ਦੇ ਘਰੀਂ ਪ੍ਰੇਮਾ ਭਗਤੀ ਨਹੀਂ, ਹੰਕਾਰ ਅਤੇ ਹਉਮੈ ਰਾਜ ਦੀ ਭੁੱਖ ਹੈ, ਇਸ ਲਈ ਮੈਨੂੰ ਬਿਦਰ ਦਾ ਪਿਆਰ ਖਿੱਚ ਕੇ ਲੈ ਗਿਆ।
ਇਹ ਵੀ ਗੱਲ ਹੈ ਕਿ ਮੈਨੂੰ ਨਾ ਤਾਂ ਕੋਈ ਬਿਪਤਾ ਪਈ ਹੈ, ਨਾ ਕੋਈ ਦੁੱਖ ਹੈ ਜੋ ਮੈਂ ਤੁਸਾਂ ਦਾ ਆਸਰਾ ਲਵਾਂ। ਇੱਕ ਬੇਗਰਜ਼ ਬੰਦੇ ਨੂੰ ਕੀ ਲੋੜ ਹੈ ਕਿ ਰਾਜਿਆਂ ਦੇ ਮਹਿਲਾਂ ਵਿੱਚ ਜਾ ਕੇ ਉਹਨਾਂ ਦੀ ਖੁਸ਼ਾਮਦ ਕਰੇ। ਜੋ ਬਿਦਰ ਦੇ ਘਰ ਚ ਆਓ ਸ਼ਰਧਾ ਤੇ ਪਿਆਰ ਭਾਵਨਾ ਹੈ, ਉਹ ਤੁਸਾਂ ਦੇ ਕੋਲ ਨਹੀਂ। ਤੇ ਮੇਰੀ ਆਤਮਾ ਪਿਆਰ ਦੀ ਚਾਹਵਾਨ ਹੈ, ਕਿਉਂਕਿ ਪਾਰਬ੍ਰਹਮ ਪਰਮੇਸ਼ਵਰ ਅਤੇ ਜੀਵ ਦੇ ਵਿਚਾਲੇ ਇੱਕ ਪਿਆਰ ਦਾ ਸੰਬੰਧ ਹੈ। ਕਬੀਰ ਜੀ ਦੀ ਜ਼ਬਾਨੀ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਹੇ ਰਾਜਨ, ਕਿਹੜਾ ਤੁਹਾਡੇ ਘਰ ਆਵੇ, ਕਿਉਂਕਿ ਤੁਹਾਡੇ ਘਰ ਪਿਆਰ ਨਹੀਂ, ਪਰ ਜੈਸਾ ਬਿਦਰ ਦੇ ਘਰ ਪਿਆਰ ਹੈ ਉਹ ਮੈਨੂੰ ਚੰਗਾ ਲੱਗਦਾ ਹੈ। ਤੁਸੀਂ ਆਪਣੀ ਉੱਚ ਪਦਵੀ ਨੂੰ ਵੇਖ ਕੇ ਭਰਮ ਦਾ ਸ਼ਿਕਾਰ ਹੋਏ ਤੇ ਪਰਮਾਤਮਾ ਦੀ ਮਹਾਕਾਲ ਸ਼ਕਤੀ ਨੂੰ ਭੁਲਾ ਬੈਠੇ ਹੋ, ਕਿਉਂਕਿ ਤੁਸਾਂ ਨੂੰ ਭਗਵਾਨ ਦਾ ਗਿਆਨ ਨਹੀਂ, ਸਿਰਫ ਰਾਜ ਅਭਿਮਾਨ ਹੈ। ਇਸ ਲਈ ਬਿਦਰ ਤੁਹਾਡੇ ਨਾਲੋਂ ਬੜਾ ਉੱਚਾ ਹੈ। ਤੁਹਾਡੇ ਰਾਜ ਭਵਨ ਦਾ ਦੁੱਧ ਤੇ ਬਿਦਰ ਦੇ ਝੁੱਗੀ ਦਾ ਪਾਣੀ ਮੈਂ ਇੱਕ ਬਰਾਬਰ ਸਮਝਦਾ ਹਾਂ। ਜੋ ਮੈਂ ਸਾਗ ਖਾਧਾ ਉਹ ਖੀਰ ਨਾਲੋਂ ਚੰਗਾ ਸੀ ਤੇ ਪ੍ਰਭੂ ਦੇ ਗੁਣ ਗਾਉਂਦਿਆਂ ਸਾਰੀ ਰਾਤ ਬੀਤੀ, ਬੜਾ ਆਨੰਦ ਆਇਆ। ਜੇ ਤੁਹਾਡੇ ਕੋਲ ਰਹਿੰਦਾ ਤਾਂ ਰਾਜਿਆਂ ਦੀ ਨਿੰਦਾ ਈਰਖਾ ਆਦਿ ਸੁਣਨੀ ਪੈਣੀ ਸੀ। ਹੁਣ ਤਾਂ ਠਾਕੁਰ ਦੇ ਗੁਣ ਗਾਉਂਦੇ ਹੋਏ ਰਾਤ ਕੱਟ ਆਏ ਹਾਂ, ਤੇ ਠਾਕੁਰ ਵਾਸਤੇ ਛੋਟੇ ਵੱਡੇ ਜੀਵ ਇੱਕੋ ਹੀ ਹਨ। ਐਸਾ ਉੱਤਰ ਭਗਵਾਨ ਕ੍ਰਿਸ਼ਨ ਜੀ ਨੇ ਦਿੱਤਾ। ਇਸ ਪੂਰੀ ਵਿਚਾਰ ਨੂੰ ਭਗਤ ਕਬੀਰ ਸਾਹਿਬ ਮਾਰੂ ਰਾਗ ਵਿੱਚ ਇਸ ਤਰ੍ਹਾਂ ਬਖਸ਼ਿਸ਼ ਕਰਦੇ ਹਨ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ ਰਹਾਓ। ਹਸਤੀ ਦੇਖ ਪਰਮ ਤੇ ਭੂਲਾ ਸ਼੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤਕਾਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੇ, ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਵੀ ਇਸ ਪੂਰੇ ਵਿਚਾਰ ਨੂੰ ਦੱਸਦੇ ਹਨ। ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਹੇ ਕੇ ਸੁੱਖਾ, ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਭਲੇ ਮਨੁੱਖਾ, ਚੁੰਗੀ ਜਾਏ ਵਲਾਏ ਓਨ ਸਭਨਾ ਦੇ ਜੀ ਅੰਦਰ ਤੁਖਾ। ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨਾ ਦਿਸਈ ਮੇਰੇ ਨਾਹੀ ਅਪਦਾ ਦੁਖਾ। ਭਾਉ ਜੇ ਵੇਹਾ ਬਿਦਰ ਦੇ, ਹੋਰੀ ਦੇ ਚਿੱਤ ਚਾਉ ਨਾ ਚੁਖਾ, ਗੋਬਿੰਦ ਭਗਤ ਭਾਉ ਦਾ ਭੁਖਾ। ਜੁਗਾਂ ਤੋਂ ਇਹ ਗੱਲ ਚੱਲੀ ਆਈ ਹੈ ਕਿ ਹੰਕਾਰ ਤੇ ਲਾਲਚ ਦੀ ਸਦਾ ਦਇਆ ਧਰਮ ਤੇ ਪਿਆਰ ਨਾਲ ਟੱਕਰ ਰਹੀ ਹੈ। ਹੰਕਾਰੀ ਤੇ ਲਾਲਚੀ ਪੁਰਸ਼ ਦੀ ਸੇਵਾ ਉਸ ਦੀ ਅਯੋਗ ਆਗਿਆ ਦਾ ਪਾਲਣ ਉਹ ਕਰਦਾ ਹੈ ਜਿਸ ਨੂੰ ਲੋੜ ਹੋਵੇ, ਗਾਉ ਭਨਾਵੇ ਜਾਉ, ਪਰ ਜਿਸ ਨੂੰ ਕੋਈ ਦੁੱਖ ਨਹੀਂ ਲਾਲਚ ਨਹੀਂ, ਉਹ ਕਦੇ ਵੀ ਹੰਕਾਰੀ ਪੁਰਸ਼ ਦੀ ਪਰਵਾਹ ਨਹੀਂ ਕਰਦਾ। ਐਸੇ ਹੀ ਕਥਾ ਬਿਦਰ ਭਗਤ ਤੇ ਕ੍ਰਿਸ਼ਨ ਜੀ ਦੀ ਹੈ। ਸ਼੍ਰੀ ਭਗਵਾਨ ਕ੍ਰਿਸ਼ਨ ਜੀ ਪਿਆਰ ਤੇ ਸ਼ਰਧਾ ਦੇ ਭੁੱਖੇ ਸਨ, ਉਹਨਾਂ ਨੂੰ ਰਾਜ ਬਲ ਸ਼ਾਨ ਸ਼ੌਕਤ ਆਦਿ ਦੀ ਲੋੜ ਨਹੀਂ ਸੀ, ਉਹਨਾਂ ਪਾਸ ਸਭ ਕੁਝ ਸੀ। ਉਹ ਜਿੱਥੇ ਧਰਤੀ ਮਥੁਰਾ ਬਿੰਦਰਾਬਨ ਦੇ ਰਾਜੇ ਸਨ, ਉੱਥੇ ਦਿਲਾਂ ਦੇ ਵੀ ਰਾਜੇ ਸਨ। ਭਾਈ ਗੁਰਦਾਸ ਜੀ ਨੇ ਕਥਾ ਬਿਆਨ ਕੀਤੀ ਹੈ, ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਦੁਰਯੋਧਨ ਦੀ ਰਾਜਧਾਨੀ ਵਿੱਚ ਗਏ ਤੇ ਉਸ ਦੇ ਸ਼ੀਸ਼ ਮਹਿਲਾਂ ਵਿੱਚ ਰਹਿਣ ਦੀ ਥਾਂ ਉਹ ਇੱਕ ਦਾਸੀ ਦੇ ਪੁੱਤਰ ਬਿਦਰ ਦੀ ਝੁੱਗੀ ਵਿੱਚ ਰਾਤ ਜਾ ਕੇ ਰਹੇ। ਉਸ ਗਰੀਬ ਕੋਲ ਇੱਕ ਸਫ ਸੀ ਬੈਠਣ ਵਾਸਤੇ, ਅਤੇ ਖਾਣ ਲਈ ਉਸਨੇ ਅਲੂਣਾ ਸਾਗ ਰੱਖਿਆ ਹੋਇਆ ਸੀ, ਉਹ ਵੀ ਤੌੜੀ ਵਿੱਚ ਰਿੱਝ ਰਿਹਾ ਸੀ। ਜਦੋਂ ਭਗਵਾਨ ਕ੍ਰਿਸ਼ਨ ਜੀ ਪੁੱਜੇ ਤਾਂ ਉਸ ਗਰੀਬ ਦੀ ਝੁੱਗੀ ਵਿੱਚ ਚਾਨਣ ਹੋ ਗਿਆ, ਉਸਦੇ ਤਾਂ ਭਾਗ ਹੀ ਜਾਗ ਪਏ।
ਉਸ ਨੇ ਚਰਨ ਧੋ ਕੇ ਚਰਨ ਅੰਮ੍ਰਿਤ ਲਿਆ ਤੇ ਰਾਤ ਸਾਰੇ ਸੇਵਾ ਕਰਦਾ ਰਿਹਾ, ਬਚਨ ਸੁਣਦਾ ਰਿਹਾ। ਜਿਸ ਦੀ ਭਗਤੀ ਕਰਦਾ ਸੀ, ਦਰਸ਼ਨਾਂ ਲਈ ਤੜਪਦਾ ਸੀ, ਉਹ ਪ੍ਰਤੱਖ ਭਗਵਾਨ ਰੂਪ ਬਣ ਕੇ ਉਸ ਨੂੰ ਨਿਹਾਲ ਕਰਦੇ ਰਹੇ। ਇਸ ਕਥਾ ਦਾ ਭਾਵ ਅਰਥ ਹੈ ਕਿ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤ ਜਨਾਂ ਨਾਲ ਪ੍ਰਭੂ ਵੀ ਪਿਆਰ ਕਰਦਾ ਹੈ ਤੇ ਰਾਜ ਭਾਗ ਨਾਲੋਂ ਪ੍ਰੇਮਾ ਭਗਤੀ ਦਾ ਦਰਜਾ ਉੱਚਾ ਹੈ। ਸੋ ਹੁਣ ਗੱਲ ਕਰਦੇ ਹਾਂ ਇਸ ਵੀਡੀਓ ਨੂੰ ਬਣਾਉਣ ਦੇ ਮਕਸਦ ਦੀ, ਜੋ ਕਿ ਸਿਰਫ ਇਤਨਾ ਹੈ ਕਿ ਜਦੋਂ ਵੀ ਅਸੀਂ ਗੁਰਬਾਣੀ ਭਗਤ ਕਬੀਰ ਸਾਹਿਬ ਜੀ ਦੇ ਇਹ ਸ਼ਬਦ ਪੜ੍ਹੀਏ ਜਾਂ ਸੁਣੀਏ ਤੇ ਸਾਨੂੰ ਉਸ ਦੇ ਸਮਝ ਆ ਸਕੇ ਕਿ ਉਹਨਾਂ ਸ਼ਬਦਾਂ ਵਿੱਚ ਕਿਵੇਂ ਭਗਤ ਸਾਹਿਬ ਜੀ ਨੇ ਕ੍ਰਿਸ਼ਨ ਜੀ ਦੀ ਵਿਚਾਰ ਦੱਸਦਿਆਂ ਹੋਇਆਂ ਪ੍ਰਭੂ ਪਰਮਾਤਮਾ ਅਕਾਲ ਪੁਰਖ ਰੱਬ ਜੀ ਦੀ ਪ੍ਰੇਮਾ ਭਗਤੀ ਕਰਨ ਵਾਸਤੇ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਪਰਮਾਤਮਾ ਪ੍ਰੇਮ ਦੇ ਨਾਲ ਵਸ ਵਿੱਚ ਆ ਸਕਦਾ, ਬਾਕੀ ਮਾਇਆ ਨਾਲ ਜਾਂ ਸ਼ੀਸ਼ ਮਹਿਲ ਬਣਾਉਣ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਵਸ ਵਿੱਚ ਨਹੀਂ ਆਉਂਦਾ। ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਕਮੈਂਟ, ਲਾਈਕ, ਸ਼ੇਅਰ ਜ਼ਰੂਰ ਕਰਿਓ। ਧੰਨਵਾਦ।